You're listening to CNN Toronto, Chawla News Network Toronto. ਸਵਾਗਤ ਹੈ ਜੀ ਇਹਨੂੰ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ, ਠੀਕ ਹੋ? ਹਾਂਜੀ ਹਾਂਜੀ ਵਧੀਆ ਜੀ। ਸਭ ਤੋਂ ਪਹਿਲਾਂ ਤਾਂ ਦੁਨੀਆ ਭਰ ਦੇ ਵਿੱਚ ਇੱਕ ਵੱਡੀ ਖਬਰ ਹੈ ਕਿ ਕੰਗਣਾ ਰਣੌਤ ਸਾਰੀ ਉਮਰ ਦੇ ਵਿੱਚ ਇੰਨੀ ਫੇਮਸ ਨਹੀਂ ਹੋਈ ਹੋਣੀ ਜਿੰਨੀ ਇਹ ਚਪੇੜ ਵਾਲੇ ਕਾਂਡ ਨੇ ਉਸ ਪੰਜਾਬਣ ਔਰਤ ਨੂੰ ਕਰ ਦਿੱਤਾ ਹੈ। ਉਹਦੀ ਸਿੰਪਤੀ ਵੀ ਉਹਨੂੰ ਬੜੀ ਮਿਲ ਰਹੀ, ਕਿਉਂਕਿ ਕੰਗਣਾ ਨੇ ਸ਼ੁਰੂਆਤ ਕੀਤੀ ਸੀਗੀ। ਕੰਗਣਾ ਨੂੰ ਚਪੇੜ ਮਾਰਨ ਵਾਲੀ ਜਿਹੜੀ ਮੁਲਾਜ਼ਮ ਹੈ ਉੱਤੇ ਪਰਚਾ ਦਰਜ ਹੋਇਆ। ਕਿਹੜੀਆਂ ਧਾਰਾਵਾਂ ਲੱਗੀਆਂ ਨੇ, ਇਹਨਾਂ ਧਾਰਾਵਾਂ ਦੇ ਬਾਰੇ ਵੀ ਤੁਸੀਂ ਜਾਣਦੇ ਹੋਵੋਗੇ, ਕੀ ਕਹਿਣਾ ਚਾਹੋਗੇ? ਦੇਖੋ, ਪਹਿਲੀ ਗੱਲ ਆ ਕਿ ਇਹ ਨੌਬਤਾਂ ਆਉਣਗੀਆਂ ਨਹੀਂ ਚਾਹੀਦੀਆਂ। ਬਿਲਕੁਲ, ਜਦੋਂ ਜਰਨੈਲ ਸਿੰਘ ਨੇ ਜੁੱਤੀ ਮਾਰੀ ਸੀ, ਮੈਂ ਉਸ ਟਾਈਮ ਵੀ ਕਿਹਾ ਸੀ ਤੇ ਮੈਨੂੰ ਕਾਫੀ ਟ੍ਰੋਲ ਕੀਤਾ ਗਿਆ, ਤੇ ਬਾਅਦ ਦੇ ਵਿੱਚ ਹੋਇਆ ਕਿ ਜਦੋਂ ਇਹਨਾਂ ਦੇ ਬੰਦਿਆਂ ਤੇ ਵੱਜਣ ਲੱਗ ਗਈਆਂ ਤੇ ਫੇਰ ਮੁੜ ਕੇ ਪਿੱਟਦੇ ਸਨ, ਕਿਉਂਕਿ ਕੇਜਰੀਵਾਲ ਨੂੰ ਵੀ ਧਾੜ ਧਾੜ ਥੱਪੜ ਵੱਜੇ। ਬਿਲਕੁਲ ਹਾਂਜੀ। ਤੋਂ ਗੱਲ ਇਹ ਆ ਕਿ ਇਹ ਨੌਬਤਾਂ ਨਹੀਂ ਆਉਣੀਆਂ ਚਾਹੀਦੀਆਂ, ਪਰ ਕਹਾਣੀ ਇੱਧਰ ਦੂਜੇ ਪਾਸੇ ਤੋਂ ਜਿਹੜੀ ਚੱਲਦੀ ਪਈ ਆ ਕਿ ਦਰਅਸਲ ਇਹ ਕੋਈ ਕੰਗਣਾ ਰਣੌਤ ਦੇ ਨਾਲ ਕੋਈ ਮਿੱਥ ਕੇ ਕੀਤਾ ਗਿਆ ਉਹ ਨਹੀਂ ਹੈ। ਕਿਉਂ? ਕਿਉਂਕਿ ਮੈਂ ਦੇਖਿਆ ਇਹ ਬੀਬੀ ਜਿਹੜੀ ਆ ਪਿਛਲੇ 2-3 ਸਾਲ ਤੋਂ ਉੱਥੇ ਲੱਗੀ ਆ, ਤੇ ਕੰਗਣਾ ਰਣੌਤ ਤੇ ਹਰੇਕ ਹਫ਼ਤੇ ਉੱਥੋਂ ਲੰਘਦੀ ਆ, ਉੱਥੋਂ ਵੜਦੀ ਆ। ਤਾਂ ਜੇ ਐਸਾ ਹੁੰਦਾ 2020 ਦਾ ਅੰਦੋਲਨ ਆ, ਇਹ ਬੀਬੀ ਜਿਹੜੀ ਉੱਥੇ ਕੁਲਵਿੰਦਰ ਕੌਰ ਆ ਤੈਨਾਤ ਆ ਲੰਬੇ ਅਰਸੇ ਤੋਂ, ਇਹ ਤਾਂ ਪਹਿਲਾਂ ਹੀ ਚਪੇੜ ਮਾਰ ਦਿੰਦੀ। ਬਿਲਕੁਲ, ਕਿਤੇ ਪਹਿਲਾਂ ਹੀ ਕੋਈ ਆਪਣਾ ਵਿਰੋਧ ਜਿਤਾ ਦਿੰਦੀ। ਦਰਅਸਲ ਕੀ ਹੈ ਕਿ ਮੇਰੇ ਆਪਣੇ ਵੀ ਕਹਿ ਲਓ ਕਿ ਸਿਕਿਉਰਿਟੀ ਚ ਨੇ ਕੁਛ ਸੋਰਸ, ਮੈਂ ਜ਼ਿਆਦਾ ਰਿਵੀਲ ਨਹੀਂ ਕਰ ਸਕਦਾ। ਉਹਨਾਂ ਦਾ ਕਹਿਣਾ ਕਿ ਕਹਾਣੀ ਜਿਹੜੀ ਆ ਉਹ ਸਿਕਿਉਰਿਟੀ ਨੂੰ ਲੈ ਕੇ ਆ, ਪ੍ਰੋਟੋਕਾਲ ਨੂੰ ਲੈ ਕੇ ਆ, ਕਿ ਉੱਥੇ ਤਲਖ ਕਲਾਮੀ ਹੋਈ ਆ, ਇਹ ਗੱਲ ਉੱਥੋਂ ਵਧੀ ਆ। ਤਾਂ ਫੋਨ ਜਿਹੜਾ ਸੀਗਾ ਇਹ ਆਮ ਯਾਤਰੂਆਂ ਦੀ ਜਿਹੜੀ ਲਾਈਨ ਆ ਉਧਰ ਦੀ ਗੁਜ਼ਰ ਰਹੇ ਸਨ ਬੀਬੀ ਕੰਗਣਾ ਰਣੌਤ ਜੀ, ਕਿਉਂਕਿ ਐਮ ਪੀ ਆ। ਹੁਣ ਮੈਂ ਸਤਿਕਾਰ ਨਾਲ ਹੀ ਬੋਲਾਂਗਾ, ਜਿਵੇਂ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਮੈਂ ਅੰਮ੍ਰਿਤਪਾਲ ਸਿੰਘ ਕਹਿੰਦਾ ਸੀਗਾ, ਹੁਣ ਮੈਂ ਉਹਨਾਂ ਨੂੰ ਕਹਿੰਦਾ ਕਿਉਂਕਿ ਉਹ ਐਮ ਪੀ ਨੇ, ਚੁਣੇ ਹੋਏ ਨੁਮਾਇੰਦੇ ਆ। ਸੋ ਇਹ ਬੀਬੀ ਜੀ ਉੱਥੋਂ ਲੰਘੇ ਆ। ਤਾਂ ਕੁਲਵਿੰਦਰ ਕੌਰ ਨੇ ਕਿਹਾ ਕਿ ਤੁਹਾਨੂੰ ਫੋਨ ਆਪਣਾ ਜਿਹੜਾ ਟ੍ਰੇ ਚ ਰੱਖਣਾ ਪਵੇਗਾ ਆਮ ਯਾਤਰੂਆਂ। ਇਹਨੇ ਕਿਹਾ ਕਿ ਮੈਂ ਮੈਂਬਰ ਪਾਰਲੀਮੈਂਟ ਆ। ਉਸਨੇ ਕਿਹਾ ਕਿ ਦੇਖੋ ਬੀਬੀ ਜੀ, ਜੇ ਤੁਸੀਂ ਮੈਂਬਰ ਪਾਰਲੀਮੈਂਟ ਹੈ ਤਾਂ ਦੂਸਰੀ ਲਾਈਨ ਚੋਂ ਆਓ, ਜਿਹੜੀ ਆਮ ਯਾਤਰੂਆਂ ਦੀ ਨਹੀਂ ਹੈ। ਤਾਂ ਇੱਥੋਂ ਤਲਖੀ ਸ਼ੁਰੂ ਹੋਈ ਆ ਕਿ ਨੇਮ ਪਲੇਟ ਵਿਖਾ। ਫਿਰ ਕਥਿਤ ਤੌਰ ਤੇ ਕਿਹਾ ਗਿਆ ਕੁਛ, ਮਤਲਬ ਕਿ ਕੁਲਵਿੰਦਰ ਕੌਰ ਨੂੰ ਕੁਛ ਲੋਕ ਕਹਿੰਦੇ ਖਾਲਿਸਤਾਨੀ ਕਿਹਾ ਗਿਆ ਜਾਂ ਕੁਛ ਹੋਰ ਕਿਹਾ ਗਿਆ। ਤਾਂ ਉੱਥੋਂ ਹੀ ਇਹ ਕਹਾਣੀ ਵਧੀ ਅੱਗੇ। ਤਾਂ ਜਿਹੜੀਆਂ ਹੁਣ ਧਾਰਾਂ ਲਾਈਆਂ ਗਈਆਂ, ਦੇਖੋ ਧਾਰਾ ਲੱਗਣ ਦਾ ਮਤਲਬ ਇਹ ਆ ਕਿ ਇਹ ਚੀਜ਼ ਹੋਈ ਹੈ ਤਦ ਹੀ ਹੈ ਨਾ। ਕੰਗਣਾ ਰਣੌਤ ਨੇ ਵੀ ਪੁਸ਼ਟੀ ਕੀਤੀ ਕਿ ਚਪੇੜ ਮੇਰੇ ਮਾਰੀ, ਹਾਲਾਂਕਿ ਉਹ ਕਹਿੰਦੀ ਹੈ ਕਿ ਖਾਲਿਸਤਾਨੀ ਸਟਾਈਲ ਚ ਮਾਰੀ ਹੈ, ਪਿੱਛੋਂ ਆ ਕੇ ਇਹਨੇ ਮਾਰੀ ਹੈ। ਪਰ ਉਹ ਆਪਦੀ ਗੱਲ ਤੇ ਹੁਣ ਦੱਸਣ ਤੋਂ ਗੁਰੇਜ਼ ਕਰ ਰਹੀ ਹੈ ਨਾ ਕਿ ਜਿਹੜੀ ਦੂਸਰੇ ਪੱਖ ਦੀ ਕਹਾਣੀ ਆ ਰਹੀ ਹੈ। ਔਰ ਇਹ ਕੱਲਾ ਕੋਈ ਮੇਰਾ ਸੋਰਸ ਨਹੀਂ ਕਹਿ ਰਿਹਾ, ਇਹ ਇੱਕ ਡਿਜੀਟਲ ਅੰਕ ਦੇ ਵਿੱਚ ਵੀ ਗੱਲ ਛਪੀ ਹੈ, ਹਾਲਾਂਕਿ ਉਹਨਾਂ ਨੇ ਪ੍ਰਿੰਟ ਕੀਤਾ ਕਿ ਨਹੀਂ ਕੀਤਾ ਦੈਨਿਕ ਭਾਸਕਰ ਵਾਲਿਆਂ ਮੈਨੂੰ ਨਹੀਂ ਪਤਾ, ਪਰ ਉਹਨਾਂ ਨੇ ਵੀ CISF ਦੇ ਸੋਰਸ ਦੇ ਹਵਾਲੇ ਨਾਲ ਇਹੋ ਖਬਰ ਲਾਈ ਸੀਗੀ। ਝਗੜਾ ਟ੍ਰੇ ਚ ਫੋਨ ਰੱਖਣ ਤੋਂ ਹੋਇਆ। ਉਦੋਂ ਜਦੋਂ ਇਹ ਮਾਮਲਾ ਭਖਿਆ ਉਸ ਵੇਲੇ ਖੁਦ ਕੁਲਵਿੰਦਰ ਕੌਰ ਦੇ ਜਿਹੜੇ ਘਰਦੇ ਆ ਉਹ ਵੀ ਕਹਿੰਦੇ ਕਿ ਸਾਨੂੰ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ। ਤਾਂ
ਮਤਲਬ ਕਿ ਕੇਸ ਦਰਜ ਕਰ ਲਿਆ ਗਿਆ। ਕੱਲ ਦੁਪਹਿਰ ਤੱਕ ਸਾਡੀ ਗੱਲ ਹੋਈ ਸੀਗੀ ਉੱਥੋਂ ਦੇ ਜਿਹੜੇ ਕੁਛ ਪੁਲਿਸ ਅਫੀਸ਼ਲ ਸੀਗੇ ਉਹ ਕਹਿੰਦੇ ਕਿ ਹਾਲੇ ਮਾਮਲਾ ਦਰਜ ਨਹੀਂ ਕੀਤਾ, ਪਰ ਬਾਅਦ ਚ ਦੇਰ ਸ਼ਾਮ ਨੂੰ ਇਹ ਮਾਮਲਾ ਦਰਜ ਹੋ ਜਾਂਦਾ। ਤਾਂ ਇਹਦੇ ਚ ਜ਼ਮਾਨਤ ਯੋਗ ਧਾਰਾ ਲਾਈ ਗਈ ਆ, ਕੋਈ ਵੱਡੀ ਧਾਰਾ ਨਹੀਂ, 323 ਜਿਹੜੀ ਆ ਉਹ ਲਾਈ ਗਈ ਆ, 341 ਉਹ ਹੁੰਦੀ ਆ ਮਤਲਬ ਕਿ ਜੇ ਕੋਈ ਗਲਤ ਦਿਸ਼ਾ ਚ ਜਾਣ ਤੋਂ ਕਿਸੇ ਨੂੰ ਰੋਕਦਾ ਤੇ ਮਤਲਬ ਕਿ ਉਹ ਸਹੀ ਜੇ ਦੇਖੀਏ ਤਾਂ ਕੋਈ ਵੱਡਾ ਨਹੀਂ ਉਹ ਜੁਰਮ ਹੁੰਦਾ। ਤਾਂ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 500 ਰੁਪਏ ਤੱਕ ਦਾ ਜੁਰਮਾਨਾ, ਯਾਨੀ ਦੋਵੇਂ ਜਿਹੜੀਆਂ ਨੇ ਉਹ ਮਾਮੂਲੀ ਧਾਰਾ ਲਾਈਆਂ ਗਈਆਂ। ਤਾਂ ਕੁਲਵਿੰਦਰ ਕੌਰ ਦਾ ਸਸਪੈਂਸ਼ਨ ਠੀਕ ਆ, ਉਹ ਹੋ ਜਾਏਗਾ ਤੇ ਇਹ ਕੇਸ ਜ਼ਰੂਰ ਚੱਲੇਗਾ, 323 ਦਾ, 341 ਦਾ, ਜ਼ਮਾਨਤ ਯੋਗ ਆ, ਯਾਨੀ ਜੇਲ੍ਹ ਜਾਣਾ ਨਹੀਂ ਪਵੇਗਾ ਕੁਲਵਿੰਦਰ ਕੌਰ। 9058131320 905 813 1320 ਕੱਲ ਤੱਕ ਇਹ ਵੀ ਖਬਰ ਸੀ ਮਿੰਟੂ ਜੀ, ਸ਼ਾਇਦ ਤੁਸੀਂ ਜੇ ਆਪਣੇ ਸੋਰਸਿਸ ਵਰਤੇ ਨੇ ਕਿ ਪਰਿਵਾਰ ਦਾ ਨਹੀਂ ਪਤਾ ਲੱਗ ਰਿਹਾ, ਬੱਚਿਆਂ ਬਾਰੇ ਵੀ ਗੱਲਬਾਤ ਉੱਡ ਰਹੀ ਸੀਗੀ, ਕੀ ਸੱਚਾਈ ਇਹਦੇ ਚ ਕੋਈ? ਨਹੀਂ ਦੇਖੋ ਗੱਲ ਇਹ ਆ ਕਿ ਐਸਾ ਕੁਛ ਵੀ ਨਹੀਂ ਹੈ, ਕੋਈ ਮਤਲਬ ਕਿ ਕੁਲਵਿੰਦਰ ਕੌਰ ਦੇ ਪਤੀ ਨੂੰ ਹਿਰਾਸਤ ਚ ਲੈਣ ਦੀ ਜਾਂ ਬੱਚਿਆਂ ਨੂੰ ਕੋਈ ਅਫੀਸ਼ਲੀ ਸਾਡੇ ਕੋਲ ਜਾਣਕਾਰੀ ਨਹੀਂ ਹੈ। ਹਾਂ ਹੋ ਸਕਦਾ ਕਿ ਪੁੱਛ ਗਿੱਛ ਵਾਸਤੇ ਉਹਨਾਂ ਦੇ ਫੋਨ ਇੱਕ ਵਾਰੀ ਜ਼ਬਤ ਕਰ ਲੈ ਗਏ ਹੋਣ, ਕਿਉਂਕਿ ਮਾਮਲਾ ਵੱਡਾ ਹੈ, ਮੈਂਬਰ ਪਾਰਲੀਮੈਂਟ ਹੈ ਕੰਗਣਾ ਰਣੌਤ। ਤਾਂ ਇਸ ਵੇਲੇ ਹੋ ਸਕਦਾ ਕਿ ਏਜੰਸੀਆਂ ਅਲਰਟ ਤੇ ਆ ਗਈਆਂ ਹੋਣ, ਉਹਨਾਂ ਦੇ ਪਤੀ ਦਾ ਮੋਬਾਈਲ ਲਿਆ ਗਿਆ ਹੋਵੇ ਪੁੱਛ ਗਿੱਛ, ਇਹੀ ਚੀਜ਼ ਹੁੰਦੀ ਹੈ ਨਾ। ਮੈਂ ਤਾਂ ਹੀ ਥੱਪੜ ਦੇ ਹੱਕ ਚ ਨਹੀਂ ਹਾਂ, ਕੱਲ ਨੂੰ ਉਹਦੇ ਪਤੀ ਨੂੰ ਇੱਕ ਮਹੱਤਵਪੂਰਨ ਡਿਊਟੀ ਤੋਂ ਹਟਾ ਕੇ ਪਿੱਛੇ ਕਰ ਦਿਓ ਤਾਂ ਅਸੀਂ ਕਹਿਣਾ ਕਿ ਸਿੱਖਾਂ ਨਾਲ ਵਿਤਕਰਾ ਹੁੰਦਾ, ਇਹਨਾਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ। ਫਿਰ ਮੈਂ ਉਸ ਪਾਸੇ ਆਊਂਗਾ ਤਾਂ ਉਹ ਮਤਲਬ ਕਿ ਗੱਲ ਜਿਹੜੀ ਉਹ ਕੁਛ ਲੋਕਾਂ ਨੂੰ ਪਿੰਚ ਕਰੇਗੀ। ਪਰ ਇਹੀ ਚੀਜ਼ ਹੁੰਦੀ ਹੈ ਕਿ ਜਦੋਂ ਅਸੀਂ ਇਹੋ ਜਿਹੀਆਂ ਚੀਜ਼ਾਂ ਦਾ ਮਤਲਬ ਕਿ ਮੈਂ ਤਾਂ ਘੱਟੋ ਘੱਟ ਆਪਣੀ ਗੱਲ ਕਹਿੰਦਾ ਕਿ ਨਹੀਂ ਸਾਥ ਦੇਈਦਾ ਕਿ ਇਹ ਚੀਜ਼ਾਂ ਦਾ ਨਕਾਰਾਤਮਕ ਪ੍ਰਭਾਵ ਵੀ ਹੁੰਦਾ। ਹਾਂ ਉੱਥੇ ਕੀ ਵਾਪਰਿਆ ਉਹਦੀ ਤਹਿ ਤੱਕ ਜਾਣਾ ਲਾਜ਼ਮ ਜੀ, ਡੈਫੀਨੇਟਲੀ ਉਹਦੀ ਤਹਿ ਤੱਕ ਕਿ ਉਕਸਾਇਆ ਗਿਆ, ਉਕਸਾਉਣਾ ਕਿਸੇ ਨੂੰ ਉਕਸਾਉਣਾ ਵੀ ਤਾਂ ਜੁਰਮ ਹੈ ਨਾ। ਹਾਂਜੀ ਕੁਛ ਸਮੇਂ ਵਾਸਤੇ ਹੋ ਸਕਦਾ ਕਿ ਉਹਨਾਂ ਦੇ ਜਿਹੜੇ ਘਰ ਵਾਲੇ ਆ, ਕਿਉਂਕਿ ਉਹ ਵੀ CISF ਦੇ ਮੁਲਾਜ਼ਮ ਆ, ਕੋਈ ਫੋਨ ਵਗੈਰਾ ਉਹਨਾਂ ਦੇ ਲੈ ਗਏ ਹੋਣ, ਪੁੱਛ ਗਿੱਛ ਹੋਈ ਹੋਵੇ ਕਿ ਕੋਈ ਇਸ ਤਰ੍ਹਾਂ ਦਾ ਕੋਈ ਮਿੱਥ ਕੇ ਤਾਂ ਨਹੀਂ ਕੀਤਾ ਗਿਆ, ਕੋਈ ਸਾਜਿਸ਼ਨ ਤਾਂ ਨਹੀਂ ਕੀਤਾ ਗਿਆ। ਤਾਂ ਪਰ ਬੱਚਿਆਂ ਨੂੰ ਕਿਉਂ ਹਿਰਾਸਤ ਚ ਲਿਆ ਜਾਏਗਾ, ਇੱਕ ਦੀ ਉਮਰ 9 ਸਾਲ ਹੈ, 5 ਸਾਲ, ਉਹਨਾਂ ਨੂੰ ਥੋੜੀ ਹਿਰਾਸਤ ਚ ਲਿਆ ਜਾਏ। ਭਾਈ ਅੰਮ੍ਰਿਤਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਚੋਣ ਜਿੱਤੇ ਨੇ ਤੇ ਹੁਣ ਮੰਗ ਉੱਠਣ ਲੱਗ ਪਈ ਹੈ ਜੇਲ੍ਹ ਵਿੱਚੋਂ ਚੋਲਣ ਤੇ ਰੋਕ ਦੀ ਮੰਗ ਉੱਠਣ ਲੱਗੀ ਹੈ। ਅੰਮ੍ਰਿਤਪਾਲ ਸਿੰਘ ਇਕੱਲੇ ਤੇ ਨਹੀਂ ਜਿੱਤੇ ਜੇਲ੍ਹ ਚੋਂ, ਮੈਂ ਛੋਟਾ ਜਿਹਾ ਸੀਗਾ ਤਾਂ ਦੋ ਜਿੱਤੇ ਸੀਗੇ ਸ਼ਾਇਦ, ਸਿਮਰਨਜੀਤ ਸਿੰਘ ਮਾਨ ਅਤੇ ਹਤਿੰਦਰਪਾਲ ਸਿੰਘ ਧਿਆਨ ਸਿੰਘ ਮੰਡ ਵੀ ਨਹੀਂ, ਉਹ ਬਿਲਕੁਲ ਠੀਕ ਹੈ, ਧਿਆਨ ਸਿੰਘ ਮਾਨ ਦਾ ਮੈਨੂੰ ਖਿਆਲ ਨਹੀਂ ਹੈ, ਪਰ ਉਦੋਂ ਆਜ਼ਾਦ ਇੱਕ ਹੋਰ ਵੀ ਜਿੱਤੇ ਸਨ, ਸਰਦਾਰ ਕਿਰਪਾਲ ਸਿੰਘ ਅੰਮ੍ਰਿਤਸਰ ਤੋਂ, ਮੈਨੂੰ ਉਹ ਵੀ ਯਾਦ ਹੈ ਜੀ। ਤਾਂ ਗੱਲ ਹੈ ਕਿ ਦੇਖੋ ਜਾਰਜ ਫਰਨਾਂਡਿਸ ਜਿੱਤੇ ਨੇ, ਜਾਰਜ ਫਰਨਾਂਡਿਸ ਬਹੁਤ ਤਗੜੇ ਨੇਤਾ ਹੋਏ, ਤਾਂ ਐਮਰਜੈਂਸੀ ਦੇ ਦੌਰ ਦੇ ਵਿੱਚ ਉਹ ਮੁਖਾਲਫਤ ਕਰ ਰਹੇ ਸੀਗੇ ਜਦੋਂ ਇਸ ਫੈਸਲੇ ਦੀ, ਤਾਂ ਫਿਰ ਉਹ ਕਿੱਥੇ ਕਿੱਥੇ ਪਹੁੰਚਾਇਆ ਗਿਆ, ਜੇਲ੍ਹ, ਤਾਂ ਜੇਲ੍ਹ ਚੋਂ ਜਿੱਤੇ ਸੀਗੇ ਉਹ ਜਾਰਜ ਫਰਨਾਂਡਿਸ। ਤਾਂ ਗੱਲ ਇਹ ਆ ਕਿ ਹੁਣ ਇੰਜੀਨੀਅਰ ਰਸ਼ੀਦ ਜਿੱਤ ਗਿਆ ਜਿਹਦੇ ਤੇ ਸ਼ਾਇਦ UAPA ਲੱਗਿਆ ਹੋਇਆ ਕਸ਼ਮੀਰ ਦੇ ਵਿੱਚੋਂ, ਤਾਂ ਉਧਰੋਂ ਅੰਮ੍ਰਿਤਪਾਲ ਸਿੰਘ, ਉਧਰੋਂ ਸਰਬਜੀਤ ਸਿੰਘ ਖਾਲਸਾ, ਚਲੋ ਉਹ ਸਰਬਜੀਤ ਸਿੰਘ ਖਾਲਸਾ ਜੇਲ੍ਹ ਚੋਂ ਨਹੀਂ, ਪਰ ਜੋੜਿਆ ਇੱਧਰ ਹੀ ਜਾ ਰਿਹਾ। ਬਿਲਕੁਲ ਭਾਵਨਾ ਇਹੀ ਹੈ ਜੋ ਅਸੀਂ ਸਮਝ ਰਹੇ ਹਾਂ ਕਿ ਬਈ ਇਸ ਤਰ੍ਹਾਂ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਸੰਸਦ ਤੱਕ ਪਹੁੰਚ ਰਹੀਆਂ ਹੈ ਜੋ ਦੇਸ਼ ਵਿਰੋਧੀ ਨੇ, ਤੇ ਇਸੇ ਕਰਕੇ ਹੁਣ ਵਿਕਾਸ
ਸਿੰਘ ਹੈਗੇ ਨੇ, ਸੀਨੀਅਰ ਵਕੀਲ ਨੇ ਸੁਪਰੀਮ ਕੋਰਟ ਦੇ, ਤੇ ਉਹਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਕਿ ਹੁਣ ਵੇਲਾ ਆ ਗਿਆ ਕਿ ਅਸੀਂ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਲਿਆਈਏ, ਕਿਉਂਕਿ ਜਦੋਂ ਜੇਲ੍ਹ ਦੇ ਵਿੱਚੋਂ ਲੋਕ ਵੋਟ ਹੀ ਨਹੀਂ ਪਾ ਸਕਦੇ ਤਾਂ ਫਿਰ ਉਹ ਚੋਣ ਕਿਉਂ। ਤਾਂ ਇਹ ਮਤਲਬ ਕਿ ਇਹਨਾਂ ਨੇ ਨਾਲ ਕਿਹਾ ਕਿ ਇੱਕ ਸੰਸਦੀ ਸੀਟ ਨੂੰ 60 ਤੋਂ ਜ਼ਿਆਦਾ ਦਿਨ ਤੱਕ ਖਾਲੀ ਨਹੀਂ ਰੱਖਿਆ ਜਾ ਸਕਦਾ, ਫਿਰ ਭਾਵੇਂ ਉਸਨੇ ਸਹੁੰ ਚੁੱਕ ਲਈ। ਜੀ ਤਾਂ ਸੰਵਿਧਾਨ ਦੇ ਵਿੱਚ ਉਹ ਕਹਿੰਦੇ ਕਿ ਪ੍ਰੋਵੀਜ਼ਨ ਹੈ ਜਦੋਂ ਕਿ 60 ਦਿਨ ਕੋਈ ਵੀ ਸੀਟ ਖਾਲੀ ਨਹੀਂ ਰਹਿ ਸਕਦੀ, ਬੇਸ਼ੱਕ ਕੋਈ ਵੀ ਜਿਹੜਾ ਮੈਂਬਰ ਪਾਰਲੀਮੈਂਟ ਹੈ ਉਹਨੇ ਹਲਫ ਵੀ ਕਿਉਂ ਨਾ ਲਿਆ। ਤੇ ਇਹ ਆਧਾਰ ਬਣਾਏ ਨੇ ਇਹਨਾਂ ਨੇ। ਪਰ ਮੇਰੀ ਦੇਖੋ ਮੇਰੀ ਸੋਚ ਮੁਖਤਲਫ ਹੈ, ਵੱਖਰੀ ਹੈ ਇਸ ਮਾਮਲੇ ਦੇ ਵਿੱਚ ਵੀ, ਕਿ ਲੋਕਤੰਤਰ ਦੀ ਇਹੀ ਖੂਬਸੂਰਤੀ ਹੁੰਦੀ ਹੈ, ਇਹੀ ਉਹਦੀ ਰਚਨਾ ਜਿਹੜੀ ਹੈ ਉਹ ਸ਼ਾਨਦਾਰ ਹੁੰਦੀ ਹੈ, ਕਿ ਜੇਕਰ ਕੋਈ ਤੁਹਾਡੇ ਨਿਜ਼ਾਮ ਨੂੰ ਸੰਵਿਧਾਨ ਨੂੰ ਨਹੀਂ ਵੀ ਮੰਨਦਾ ਤਦ ਵੀ ਸੰਵਿਧਾਨ ਉਹਨੂੰ ਮੌਕਾ ਦਿੰਦਾ ਕਿ ਤੂੰ ਦੇਖ ਲਾ ਭੱਜ ਕੇ, ਜੀ ਤੇਰੇ ਨਾਲ ਕਿੰਨੇ ਕੁ ਲੋਕ ਖਲੋਂਦੇ ਨੇ। ਬਿਲਕੁਲ, ਮੈਂ ਤੇ ਇੱਥੋਂ ਤੱਕ ਵੀ ਕਹਿੰਦਾ ਕਿ ਜਿਹੜੇ ਅੰਡਰ ਟ੍ਰਾਇਲ ਨੇ ਜਾਂ ਕੈਦੀ ਨੇ, ਜਦੋਂ ਉਹਨਾਂ ਦੀ ਵੋਟ ਨਹੀਂ ਕੱਟੀ ਜਾਂਦੀ, ਫਰਜ਼ ਕਰੋ ਮੈਂ ਕੱਲ ਨੂੰ ਜੇਲ੍ਹ 'ਚ ਚਲੇ ਜਾਂਦਾ, ਸਾਰਾ ਕੁਛ ਮੇਰਾ ਬੰਦ ਹੋ ਜਾਏਗਾ, ਰੇਡੀਓ ਚੈਨਲ ਮੈਂ ਜਿੱਥੇ ਜਿੱਥੇ ਕਰਦਾ ਮੇਰੀ ਜੌਬ ਤਾਂ ਬੰਦ ਹੋ ਜਾਊਗੀ, ਸਭ ਕੁਛ ਹੋ ਜਾਏਗਾ, ਪਰ ਮੇਰੀ ਵੋਟ ਖਤਮ ਨਹੀਂ ਹੋਏਗੀ। ਵੋਟ ਮੈਂ ਜਦੋਂ ਵੀ ਆਊਂਗਾ, ਸਾਲ ਨੂੰ ਆਊਂਗਾ, 2 ਸਾਲ ਨੂੰ ਆਊਂਗਾ, ਜੌਬ ਮਿਲੇ ਨਾ ਮਿਲੇ, ਮੈਨੂੰ ਕੁਝ ਵੀ ਘਰ 'ਚ ਮੈਨੂੰ ਮਿਲੇ ਨਾ ਮਿਲੇ, ਮੇਰੀ ਵੋਟ ਦਾ ਹੱਕ ਫਿਰ ਮੈਨੂੰ ਮਿਲਣਾ। ਬਿਲਕੁਲ 100%, ਬਿਲਕੁਲ। ਜਦ ਵੋਟ ਮੇਰੀ ਬਹਾਲ ਰਹਿੰਦੀ ਆ, ਇਹ ਸਿਸਟਮ ਮੈਨੂੰ ਮਤਲਬ ਕਿ ਵੋਟ ਪਾਉਣ ਦਾ ਹੱਕ ਬਰਕਰਾਰ ਰੱਖਦਾ, ਤਾਂ ਫਿਰ ਗੱਲ ਇਹ ਆ ਕਿ ਜੇਲ੍ਹ ਦੇ ਵਿੱਚੋਂ ਵੀ ਵੋਟ ਭੁਗਤਣੀ ਚਾਹੀਦੀ ਹੈ, ਮੈਂ ਤੇ ਇਸ ਹੱਕ 'ਚ ਵੀ ਹਾਂ। ਸੋ ਇਸ ਕਰਕੇ ਖੂਬਸੂਰਤੀ ਲੋਕਤੰਤਰ ਦੀ ਇਹ ਹੁੰਦੀ ਹੈ, ਇਹ ਸੰਕੀਰਣ ਸੋਚ ਹੁੰਦੀ ਆ, ਸੁੰਗੜੀ ਹੋਈ ਸੋਚ ਹੁੰਦੀ ਹੈ। ਹਾਲਾਂਕਿ ਮੈਂ ਕੋਈ ਵਿਧਾਨਕ ਐਕਸਪਰਟ ਨਹੀਂ ਹਾਂ, ਮੈਂ ਕੋਈ ਕਾਨੂੰਨੀ ਮਾਹਰ ਨਹੀਂ ਹਾਂ, ਪਰ ਮੇਰਾ ਆਪਣਾ ਮੰਨਣਾ ਕਿ ਲੋਕਤੰਤਰ ਮੈਚਿਓਰ ਹੋਣ ਵਾਸਤੇ, ਮਜ਼ਬੂਤ ਹੋਣ ਵਾਸਤੇ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਆ, ਤੇ ਫਿਰ ਕੱਲ ਨੂੰ ਕੋਈ ਨਵਾਂ ਜਾਰਜ ਫਰਨਾਂਡਿਸ ਵੀ ਨਹੀਂ ਪੈਦਾ ਹੋਏ। ਔਰ ਜੇ ਅਸੀਂ ਗੱਲ ਕਰੀਏ ਕਿ ADR ਦੀ ਅੱਜ ਰਿਪੋਰਟ ਆਈ ਹੈ, ਮੈਂ ਪੜ੍ਹੀ ਸੀ ਸਵੇਰੇ, ਉਹਦੇ 'ਚ ਖੁਲਾਸਾ ਹੋਇਆ ਕਿ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਵਿੱਚ ਜਿਹੜੇ ਨੇ 251 543 'ਚੋਂ 251 ਦੇ ਖਿਲਾਫ ਅਪਰਾਧਿਕ ਰਿਕਾਰਡ ਨੇ, ਅਪਰਾਧਿਕ ਰਿਕਾਰਡ, ਜਿਨ੍ਹਾਂ ਦੇ ਵਿੱਚ ਬੇਟੀ ਪੜ੍ਹਾਓ ਬੇਟੀ ਬਚਾਓ, ਬਲਾਤਕਾਰ ਦੇ ਮਾਮਲੇ ਵੀ ਦਰਜ ਨੇ ਇਹਨਾਂ ਦੇ ਵਿੱਚ, ਸ਼ੋਸ਼ਣ ਦੇ ਮਾਮਲੇ, ਠੱਗੀਆਂ ਠੋਰੀਆਂ ਦੇ ਮਾਮਲੇ ਨੇ। ਇੱਧਰ ਵਾਲੇ ਪਾਸੇ ਕਿਉਂ ਨਹੀਂ ਵੀ ਇਹੋ ਜਿਹੇ ਲੋਕਾਂ ਨੂੰ ਤਾਂ ਸੀਟ ਹੀ ਨਹੀਂ ਮਿਲਣੀ ਚਾਹੀਦੀ, ਇਹੋ ਜਿਹੇ ਲੋਕਾਂ ਨੂੰ ਤਾਂ ਟਿਕਟ ਹੀ ਮਿਲਣੀ ਚਾਹੀਦੀ, ਇਹ ਵੀ ਮੁੱਦਾ ਉੱਠਣਾ ਚਾਹੀਦਾ ਵੀ ਜਿਹੜੇ ਹੈ ਹੀ ਅਪਰਾਧੀ ਬਿਰਤੀ ਵਾਲੇ। ਚਾਵਲਾ ਸਾਹਿਬ, ਇਹ ਇੱਥੇ ਥੋੜਾ ਜਿਹਾ ਰੋਂਗ ਹੋ ਜਾਏਗਾ ਸਾਡਾ ਓਪੀਨੀਅਨ, ਮੈਂ ਤੁਹਾਨੂੰ ਦੱਸਦਾ ਕਿ ਮੁਕੱਦਮਾ ਇੱਥੇ ਝੂਠਾ ਵੀ ਦਰਜ ਹੋ ਜਾਂਦਾ ਹੈ ਜੀ। ਤਾਂ ਇਸ ਇਹੀ ਮੈਂ ਕਹਿੰਦਾ ਨਾ, ਇਹੀ ਖੂਬਸੂਰਤੀ ਹੁੰਦੀ ਹੈ ਸੰਵਿਧਾਨ ਦੀ, ਵਿਧਾਨ ਦੀ, ਕਿ ਕੇਸ ਦਰਜ ਹੋਣ ਤੇ ਜਾਂ FIR ਦਰਜ ਹੋਣ ਤੇ ਤੁਹਾਨੂੰ ਚੁਣਾਵੀ ਪ੍ਰਕਿਰਿਆ ਚੋਂ ਬਾਹਰ ਨਹੀਂ ਕੀਤਾ ਜਾ ਸਕਦਾ। ਹੁਣ ਇਹ ਚਾਹੀਦਾ ਕਿ ਜਿੰਨੇ ਕੇਸ ਹੈ ਇਹਨਾਂ ਦਾ ਨਿਤਾਰਾ, ਇਹਨਾਂ ਦਾ ਫੈਸਲਾ ਵੇਲੇ ਸਿਰ ਹੋਵੇ, ਜਿਹਨੂੰ ਸਜ਼ਾ ਬਣਦੀ ਹੈ ਸਜ਼ਾ ਹੋ ਜਾਵੇ, ਕਿਉਂਕਿ ਸੰਵਿਧਾਨ ਚੋਂ ਪ੍ਰੋਵੀਜ਼ਨ ਹੈ ਕਿ ਜੇਕਰ ਕਿਸੇ ਨੂੰ 2 ਸਾਲ ਜਾਂ 2 ਸਾਲ ਤੋਂ ਵੱਧ ਸਜ਼ਾ ਹੁੰਦੀ ਹੈ, ਦੈਨ ਜੇ ਉਹ ਚੁਣਿਆ ਹੋਇਆ ਤਦ ਵੀ ਉਹਦੀ ਮੈਂਬਰਸ਼ਿਪ ਜਾਂਦੀ ਰਹੇ। ਜੀ, ਕਾਲਰ ਨੇ ਮੇਰੇ ਨਾਲ ਦੇਖਦੇ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਅੱਛਾ ਸਰ, ਇੱਕ ਗੱਲ ਆ ਕਿ ਚਲੋ ਜਿਹੜਾ ਇਹ ਕੰਗਣਾ ਰਣੌਟ ਵਾਲਾ ਮਾਮਲਾ ਆ, ਇਹਦੇ ਵਿੱਚ ਉਸ ਮੁਲਾਜ਼ਮ ਦੇ ਖਿਲਾਫ ਪਰਚਾ ਦਰਜ ਹੋ ਗਿਆ, ਚਲੋ ਉਹ ਮੰਨ ਲਿਆ ਉਹਨੇ ਥੱਪੜ ਮਾਰਿਆ ਤੇ ਉਹਦੇ ਖਿਲਾਫ ਜੋ ਤਰ੍ਹਾਂ ਲੱਗ ਸਕਦੀਆਂ ਸੀ ਉਹ ਲਾਤੀਆਂ। ਦੂਜੇ ਪਾਸੇ ਸਰਕਾਰੀ ਮੁਲਾਜ਼ਮ ਦੇ ਨਾਲ ਉਹਦਾ ਕਹਿਣਾ ਨਾ ਮੰਨਣਾ, ਮਿਸਬਿਹੇਵ ਉਹਦੇ ਨਾਲ ਕਰਨਾ, ਕੀ ਕੰਗਣਾ ਦੇ ਖਿਲਾਫ ਪਰਚਾ ਨਹੀਂ ਦਰਜ ਹੋਣਾ ਚਾਹੀਦਾ?
ਕਹਾਣੀ ਦੇ ਰੂਪ ਚ ਦੂਸਰੇ ਪੱਖ ਤੋਂ ਸਾਡੇ ਸਾਹਮਣੇ ਆ ਰਹੀ ਆ, ਜਾਂਚ ਪੜਤਾਲ ਹੋਵੇ ਜੇ ਉਸ ਬੀਬੀ ਨੇ ਡਿਊਟੀ ਚ ਵਿਘਣ ਪਾਇਆ, ਕੋਈ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਬਿਲਕੁਲ ਹੈ, ਪਰ ਥੱਪੜ ਕੋਈ ਅਲਾਓ ਨਹੀਂ ਕਰਦਾ। ਕਾਨੂੰਨ ਕੋਈ, ਤੁਸੀਂ ਮੈਨੂੰ ਦੱਸੋ ਕਿ ਕਿਸੇ ਕਾਨੂੰਨ ਚ ਲਿਖਿਆ ਕਿ ਤੁਸੀਂ ਅੱਗੇ ਥੱਪੜ ਮਾਰੋ ਕਿਸੇ ਜੀ? ਤਾਂ ਗੱਲ ਇਹ ਆ ਕਿ ਸ਼ਿਕਾਇਤ, ਉੱਥੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਸਵਾਲ ਤਾਂ ਅਜੇ ਇਹ ਵੀ ਹੈ ਕਿ ਥੱਪੜ ਵਾਲੀ ਵੀਡੀਓ ਜਿਹੜੀ ਆਫੀਸ਼ੀਅਲ ਤੌਰ ਤੇ ਬਾਹਰ ਆਉਂਦੀ ਹੈ, ਥੱਪੜ ਵੱਜਾ ਵੀ ਆ ਜਾਂ ਇਹਨੇ ਸਭ ਕਹਿ ਦਿੱਤਾ? ਇਹਨੇ ਮੇਰੇ ਡਿਊਟੀ ਚ ਵਿਘਨ ਪਾਇਆ, ਕਿਉਂਕਿ ਜਦੋਂ ਪਰਚਾ ਹੋ ਗਿਆ ਚਾਵਲਾ ਸਾਹਿਬ, ਇੱਕ ਵਾਰੀ ਤਾਂ ਉਹਨਾਂ ਨੇ ਕਹਿਤਾ ਵੀ ਥੱਪੜ ਵੱਜਿਆ, ਉੱਥੇ ਹੁਣ ਅਦਾਲਤ ਦੇ ਵਿੱਚ ਸਾਬਤ ਹੋਣਾ, ਸਿੱਧ ਹੋਣਾ ਕੀ ਹੋਇਆ ਕੀ ਨਹੀਂ ਹੋਇਆ। ਪਰ ਜੇ ਮੰਨ ਲਓ ਕੋਈ ਵੀ ਬੰਦਾ ਡਿਊਟੀ ਚ ਵਿਘਨ ਪਾਉਂਦਾ, ਇੱਥੇ 353 ਇੱਕ ਧਾਰਾ ਹੁੰਦੀ ਹੈ, ਉਹ ਇੰਪੋਜ਼ ਕੀਤੀ ਜਾ ਸਕਦੀ ਹੈ ਕਿ ਜੇਕਰ ਤੁਹਾਡੀ ਡਿਊਟੀ ਚ ਕੋਈ ਵੀ ਵਿਘਨ ਪਾਉਂਦਾ ਤਾਂ ਚਾਹੇ, ਕਿਉਂਕਿ ਇਹ ਹਾਲੇ ਕੰਗਣਾ ਰਣੌਤ ਨੇ ਸਹੁੰ ਨਹੀਂ ਚੁੱਕੀ, ਮੈਂਬਰ ਪਾਰਲੀਮੈਂਟ ਚੁਣੇ ਗਏ ਨੇ ਜੀ। ਸੋ ਇਸ ਕਰਕੇ ਇੱਕ ਸਧਾਰਨ ਨਾਗਰਿਕ ਹੀ ਆ, ਕੋਈ ਥੋੜਾ ਬਹੁਤ ਤਾਂ ਚਲੋ VIP ਟ੍ਰੀਟਮੈਂਟ ਮਿਲਦਾ ਤਾਂ ਠੀਕ ਆ। ਦੂਜੀ ਚੀਜ਼ ਇੱਕ ਹੋਰ ਵੀ ਆ, ਮੈਂ ਉਸ ਵੀਡੀਓ ਨੂੰ ਬਹੁਤ ਵਾਰ ਵਾਰ ਦੇਖਿਆ, ਉੱਥੇ ਇੱਕ ਹਿਮਾਚਲੀ ਟੋਪੀ ਪਹਿਨੀ ਇੱਕ ਵਿਅਕਤੀ, ਉਹ ਇੱਕ ਹੋਰ ਬੀਬੀ ਤੇ ਥੱਪੜ ਮਾਰਦਾ। ਥੱਪੜ ਤਾਂ ਥੱਪੜ, ਉਹ ਲਾਲ ਟੋਪੀ ਵਾਲਾ ਜਿਹੜਾ ਹੈ, ਹਿਮਾਚਲੀ ਟੋਪੀ ਵਾਲਾ ਹੈ, ਕੀ ਉਹਦਾ ਥੱਪੜ ਜਿਹੜਾ ਹੈ ਉਹ ਥੱਪੜ ਨਹੀਂ ਹੈ? ਬਿਲਕੁਲ, ਕੀ ਜਿਹੜੀ ਥੱਪੜ ਰਸੀਦ ਕਰਨ ਵਾਲੀ ਆ, ਜੋ ਜਿਹਦੇ ਤੇ ਰਸੀਦ ਹੋਇਆ ਥੱਪੜ, ਉਹ ਜਿਹੜੀ ਕੁੜੀ ਹੈ, ਕਿ ਉਹ ਕਿਸੇ ਦੀ ਧੀ ਭੈਣ ਨਹੀਂ ਹੈਗੀ? ਬਿਲਕੁਲ ਸਹੀ ਕਹਿ ਰਹੇ ਹੋ, ਮੈਂ ਥੱਪੜ ਨੂੰ ਥੱਪੜ ਗਲਤ ਕਿਹਾ ਤੇ ਮੈਂ ਇਸ ਨੂੰ ਵੀ ਗਲਤ ਕਹਿ ਰਿਹਾ ਕਿ ਉਸ ਬੰਦੇ ਤੇ ਵੀ ਕਾਰਵਾਈ ਕਰੋ ਜੀ। ਇੱਕ ਕਾਲਰ ਨੇ ਹੋਰ, ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਮੈਂ ਪੁੱਛਣਾ ਸੀ ਮਿੰਟੂ ਜੀ ਨੂੰ ਵੀ ਪਰਵਿੰਦਰ ਕੌਰ ਇਸ ਵੇਲੇ ਹੈ ਕਿੱਥੇ, ਹੈ CIFF ਕੋਲ ਆ ਕੇ ਜਾਂ ਪੁਲਿਸ ਕਸਟਡੀ ਜਾ? ਨਹੀਂ ਨਹੀਂ ਜੀ, ਉਹ ਜਿਹੜਾ ਮਾਮਲਾ ਹੁੰਦਾ ਨਾ CIFF ਦਾ, ਜਿਹੜਾ ਮਾਮਲਾ CIFF, ਕੋਈ ਪੁਲਿਸੀਆ ਕਾਰਵਾਈ ਨਹੀਂ ਕਰ ਸਕਦੀ, ਜਿੱਦਾਂ BSF ਪੁਲਿਸ ਕਾਰਵਾਈ ਨਹੀਂ ਕਰ ਸਕਦੀ, ਤਿੱਦਾਂ CIFF ਵੀ ਕਾਰਵਾਈ ਨਹੀਂ ਕਰ ਸਕਦੀ। CIFF ਦੀ ਅੱਜ ਕੱਲ ਡਿਊਟੀ ਜਿਹੜੀ ਹੁੰਦੀ ਆ ਵੱਡੇ ਵੱਡੇ ਉਦਯੋਗਿਕ ਕੇਂਦਰਾਂ ਚ ਜਾਂ ਜਿਹੜੇ ਏਅਰਪੋਰਟਸ ਨੇ ਉੱਥੇ ਹੁੰਦੀ ਆ, ਤਾਂ ਜੇ ਕੋਈ ਮਾਮਲਾ ਕੁਛ ਇਸ ਤਰ੍ਹਾਂ ਦਾ ਬਣਦਾ ਤਾਂ ਜਿੱਥੋਂ ਦੀ ਜਿਊਰਿਸਡਿਕਸ਼ਨ ਹੁੰਦੀ ਹੈ ਤਾਂ ਉੱਥੇ ਸੰਬੰਧਿਤ ਥਾਣੇ ਨੂੰ ਹੀ ਮਾਮਲਾ ਜਾਂਦਾ ਹੈ। ਇਟ ਮੀਨ ਕਿ ਇਹ ਮਾਮਲਾ ਮੋਹਾਲੀ ਪੁਲਿਸ ਕੋਲ ਹੈ, ਨਾ ਕਿ ਚੰਡੀਗੜ੍ਹ ਪੁਲਿਸ ਜਾਂ CIFF ਕੋਈ ਉਹਦਾ ਆਪਦਾ ਅੱਡ ਤੋਂ ਥਾਣਾ ਹੈ। ਮਿੰਟੂ ਜੀ, ਸਹੁੰ ਚੁੱਕ ਸਮਾਗਮ ਸ਼ੁਰੂ ਹੋ ਚੁੱਕਾ ਹੈ, ਰਸਮਾਂ ਸ਼ੁਰੂ ਹੋ ਚੁੱਕੀਆਂ ਨੇ, ਅਨਾਊਂਸਮੈਂਟ ਹੋ ਚੁੱਕੀ ਹੈ, ਵੱਖ ਵੱਖ ਅਹੁਦਿਆਂ ਦੀ ਮੰਗ ਕੀਤੀ ਜਾ ਰਹੀ ਹੈ। ਆ ਜਿਹੜਾ ਸਪੀਕਰ ਦੇ ਅਹੁਦੇ ਤੋਂ ਲੜਾਈ ਹੋਵੇਗੀ ਸ਼ੁਰੂ, ਇਸ ਮਸਲੇ 'ਤੇ ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ? ਵੇਖੋ, ਸਪੀਕਰ ਦੇ ਅਹੁਦੇ ਨੂੰ ਲੈ ਕੇ ਅੱਡ ਅੱਡ ਗੇਮ ਪਲਾਨ ਹੈ। ਭਾਜਪਾ ਚਾਹੇਗੀ ਕਿ ਸਪੀਕਰ ਦਾ ਅਹੁਦਾ ਜਿਹੜਾ ਉਹ ਸਾਡੇ ਕੋਲ ਰਵੇ, ਕਿਉਂਕਿ ਕੱਲ ਨੂੰ ਕੋਈ ਟੁੱਟ ਭੱਜ ਹੋਣੀ ਹੈ, ਡਿਸਕੁਆਲੀਫਿਕੇਸ਼ਨ ਤੇ ਕੋਈ ਫੈਸਲਾ ਹੋਣਾ ਵਾ, ਤਾਂ ਉਹ ਸਪੀਕਰ ਨੇ ਹੀ ਮੋਹਰ ਬੰਦ ਕਰਨਾ। ਸੋ ਦੂਜੇ ਪਾਸੇ TDP ਜਿਹੜਾ, TDP ਇਸ ਗੱਲ ਤੇ ਮਤਲਬ ਕਿ ਬਿਲਕੁਲ ਡਟਿਆ ਪਿਆ ਕਿ ਸ਼ਾਇਦ ਸਪੀਕਰ ਦੀ ਕੁਰਸੀ ਸਾਨੂੰ ਮਿਲ ਜਾਏਗੀ, ਤਾਂ ਜਿਹੜੇ ਦੂਸਰੇ ਪਾਸੇ ਆ ਇੰਡੀਆ ਗੱਠਜੋੜ ਵਾਲੇ, ਉਹ ਵੀ ਇਸ ਗੇਮ ਨੂੰ ਦੇਖ ਰਹੇ ਆ, ਭਾਂਸ ਰਹੇ ਆ ਕਿ ਕੀ ਬਣਦਾ। ਤਾਂ ਹੋ ਸਕਦਾ ਕਿ ਜੇਤਾ ਮੰਨ ਲਓ TDP ਨੂੰ ਕੁਰਸੀ ਜਾਂਦੀ ਆ, ਜਨਤਾ ਦਲ ਯੂਨਾਈਟਡ ਨੂੰ ਕੁਰਸੀ ਜਾਂਦੀ ਆ ਸਪੀਕਰ ਦੀ, ਤਾਂ ਉਹ ਆਪਣਾ ਕੋਈ ਕੈਂਡੀਡੇਟ ਉਤਾਰਨੀ ਨਾ, ਸਗੋਂ ਸਰਬਸੰਮਤੀ ਨਾਲ ਕਹਿਣ ਕਿ ਹਾਂ ਬਾਈ ਤੁਸੀਂ ਬਣਾ ਲਓ, ਕਿਉਂ ਕੱਲ ਨੂੰ ਕੋਈ ਇਹਨਾਂ ਦਾ ਦੁਫੇੜ ਪੈਂਦਾ, ਰੌਲਾ ਪੈਂਦਾ, ਤਾਂ ਉਸ ਸੂਰਤ ਦੇ ਵਿੱਚ ਵੀ ਵਾਧਾ ਰਹੂਗਾ। ਦੂਜਾ ਇਹ ਆ ਕਿ ਜਿਹੜਾ ਸਪੀਕਰ ਆ,
ਜੇ ਜੇਡੀਯੂ ਦਾ ਜਾਂ ਟੀਡੀਪੀ ਦਾ ਬਣਦਾ ਤਾਂ ਉਹਨਾਂ ਨੇ ਆਪਣੇ ਹਿੱਤ ਜਾਂ ਆਪਣੀ ਪਾਰਟੀ ਦੇ ਹਿੱਤ ਵੀ ਕਿਤੇ ਵੇਖਣੇ ਆ ਕਿ ਜੇ ਮੰਨ ਲਓ ਕੋਈ ਟੁੱਟ ਭੱਜ ਹੁੰਦੀ ਹੈ ਤੋੜ ਭੱਜ ਹੁੰਦੀ ਹੈ ਤਾਂ ਉਸ ਸੂਰਤ ਚ ਉਹ ਭਾਜਪਾ ਦਾ ਸਾਥ ਨਹੀਂ ਦਊਗੇ। ਤਾਂ ਇਸ ਕਰਕੇ ਗੇਮ ਪਲਾਨ ਭਾਜਪਾ ਵੀ ਵਰਤ ਰਹੀ ਆ, ਗੇਮ ਪਲਾਨ ਜਿਹੜਾ ਉਹ ਟੀਡੀਪੀ ਜੇਡੀਯੂ ਵੀ ਵਰਤ ਰਹੀ ਆ, ਤੇ ਦੂਸਰੇ ਪਾਸੇ ਜੇ ਆਪਾਂ ਵੇਖੀਏ ਤੀਜੀ ਧਿਰ ਜਿਹੜੀ ਆ ਜੇ ਇੰਡੀਆ ਗੱਠਜੋੜ ਦੀ ਗੱਲ ਕਰਨੇ ਆ ਤਾਂ ਉਹ ਵੀ ਇਸੇ ਹੀ ਦਾਅ ਦੇ ਵਿੱਚ ਆ ਕਿ ਜੇ ਤਾਂ ਇਹਨਾਂ ਨੂੰ ਕੁਰਸੀ ਦਿੰਦੇ ਆ ਦੈਨ ਕਹਿ ਦਈਏ ਕਿ ਸਰਬਸੰਮਤੀ ਆ, ਜੇ ਨਹੀਂ ਤਦ ਆਪਾਂ ਆਪਣਾ ਇੱਕ ਉਮੀਦਵਾਰ ਜਿਹੜਾ ਮੈਦਾਨ ਚ ਉਤਾਰੀਏ ਤਾਂ ਉੱਥੋਂ ਹੀ ਉਤਲ ਪੁਤਲ ਸ਼ੁਰੂ ਹੋ ਜਾਊਗੀ। ਜੇ ਇਹਨਾਂ ਦੇ ਵਿੱਚ ਕੜਵਾਹਟ ਹੋਈ ਤਾਂ ਟੀਡੀਪੀ ਜੇਡੀਯੂ ਜਿਹੜੇ ਆ ਨਾਰਾਜ਼ ਹੋਏ ਤਾਂ ਉੱਥੇ ਹੀ ਗੇਮ ਵਿਗੜਨੀ ਸ਼ੁਰੂ ਹੋ ਜਾਏ। ਬਹੁਤ ਬਹੁਤ ਸ਼ੁਕਰੀਆ, ਬਹੁਤ ਬੈਲੈਂਸਡ ਜਿਹੜੀ ਹੈ ਰਿਪੋਰਟ ਦੋਸਤੋ ਤੁਸੀਂ ਸੁਣਦੇ ਹੋ ਮਿੰਟੂ ਜੀ ਦੀ, ਔਰ ਜਿੱਥੇ ਸਹੀ ਹੈ ਸਹੀ ਹੈ, ਜਿੱਥੇ ਗਲਤ ਹੈ ਗਲਤ ਹੈ। ਸਮਾਂ ਸਾਡਾ ਹੁਣ ਸਮਾਪਤ ਹੋ ਗਿਆ, ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਗੁੱਡ ਮਾਰਨਿੰਗ ਸ਼ੋਅ 9 to 12 ਫਿਲਹਾਲ 9 to 12 ਵੈਸੇ 9 to 11 ਸਾਡੀ ਗਰੰਟੀ ਹੈ, 1 ਘੰਟੇ ਦੀ ਕੋਈ ਗਰੰਟੀ ਨਹੀਂ ਸਾਡੀ, ਉਹ ਸਮਾਂ ਸਾਡੇ ਕੋਲ ਹੈ, ਕਿਸੇ ਨੇ ਲੈਣਾ ਹੋਵੇ ਸਟੇਸ਼ਨ ਨੂੰ ਕਾਲ ਕਰ ਲਿਓ। ਸਾਨੂੰ ਉਹਨਾਂ ਨੂੰ 4 ਵੀਕ ਦਾ ਨੋਟਿਸ ਦੇਣਾ ਪੈਣਾ ਸੀਗਾ, ਉਹ ਅਸੀਂ ਦੇ ਚੁੱਕੇ ਹਾਂ, ਜੇ ਕਿਸੇ ਨੇ ਸਟੇਸ਼ਨ ਨਾਲ ਗੱਲ ਕਰਨੀ ਹੋਵੇ ਤਾਂ ਉਹ ਕਰ ਸਕਦੇ ਆ, ਫਿਲਹਾਲ ਸਾਡੇ ਕੋਲ 9 to 12। ਸਟੇਸ਼ਨ ਦਾ ਨੰਬਰ 905-338-1320, ਮੇਰਾ 4167167794, ਅਤੇ ਕੱਲ੍ਹ ਨੂੰ 3 to 5 ਅਤੇ ਸੰਡੇ 1 to 3 ਅਰਸ਼ਾ ਹਾਜ਼ਰ ਹੋਣਗੇ। ਤਦ ਤੱਕ ਲਈ ਦੁਆਵਾਂ ਨੂੰ ਯਾਦ ਰੱਖਣਾ, ਭੁੱਲਾ ਚੁੱਕਾਂ ਦੀ ਮਾਫ਼ੀ, ਰੱਬ ਰਾਖਾ, ਸਤਿ ਸ੍ਰੀ ਅਕਾਲ। You're listening to CNN Toronto, Chawla News Network, Toronto.